ਗਾਇਸ ਸਤਿ ਸ਼੍ਰੀ ਅਕਾਲ, ਨਮਸਤੇ, ਅਦਾਬ, ਤੁਹਾਡੇ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਣੇ ਵਲੋਗ ਚੈਨਲ ਜਿੱਦਾਂ ਨਾਮ ਹੈ ਤਿਸ਼ਾ ਲਾਲੀ ਵਲੋਗਸ। ਸੋ ਬਹੁਤ ਕੋਸ਼ਿਸ਼ ਕਰਦੀ ਹਾਂ ਰੈਗੂਲਰ ਹੋਣ ਦੀ, ਬਿਲੀਵ ਮੀ ਗਾਇਸ, ਪਤਾ ਨਹੀਂ ਟਾਈਮ ਨਹੀਂ ਲੱਗਦਾ ਜਾਂ ਮੈਂ ਲੀਜ਼ੀ ਹੋ ਗਈ ਹਾਂ, ਦੋਨੋਂ 'ਚ ਕੋਈ ਇੱਕ ਆਪਸ਼ਨ ਤਾਂ ਜ਼ਰੂਰ ਹੈ। ਬਟ ਮੈਨੂੰ ਸਪੈਸ਼ਲ ਕਾਲਸ ਵੀ ਆਉਂਦੀਆਂ ਕਿ ਤੁਸੀਂ ਵਲੋਗ 'ਚ ਹੁਣ ਦੇਖਣ ਨੂੰ ਨਹੀਂ ਮਿਲਦੇ, ਪਲੀਜ਼ ਪਲੀਜ਼ ਡੇਲੀ ਪਾਇਆ ਕਰੋ। ਸੋ ਥੈਂਕ ਯੂ ਫੋਰ ਯੂਰ ਕਾਲਸ, ਐਂਡ ਥੋੜ੍ਹੀ ਮੈਨੂੰ ਮੋਟੀਵੇਸ਼ਨ, ਮਤਲਬ ਮੋਟੀਵੇਟ ਹੋ ਜਾਂਦੀ ਮੈਂ ਤੁਹਾਡੀ ਗੱਲਾਂ ਤੋਂ, ਮੈਨੂੰ ਮੋਟੀਵੇਸ਼ਨ ਮਿਲ ਜਾਂਦਾ। ਸੋ ਤਾਂ ਕਰਕੇ ਦੁਬਾਰਾ ਮੈਂ ਕੈਮਰਾ ਚੱਕ ਲਿਆ। ਚਲੋ ਜੀ ਸਟਾਰਟ ਕਰੀਏ। ਤੋ ਬੈਲ ਹੋਈ, ਪਹਿਲਾਂ ਮੈਂ ਦੇਖ ਕੇ ਆਵਾਂ ਕੌਣ ਹੈ। ਵੇਟ, ਸੋ ਬਾਹਰ ਹੋਈ ਸੀ ਬੈਲ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਪਾਰਸਲ। ਓ ਮਾਈ ਗੁਡਨੈਸ, ਪਾਰਸਲ ਵੀ ਜ਼ਰੂਰੀ, ਇੱਦਾਂ ਨਹੀਂ ਤਾਂ ਇੱਦਾਂ ਸ਼ੋਪਿੰਗ ਸਹੀ। ਐਕਚੁਲੀ ਮੈਂ ਬਹੁਤ ਦੇਰ ਦਾ ਔਡਰ ਕੀਤਾ ਸੀਗਾ, ਬਟ ਅੱਜ ਆ ਗਿਆ। ਲੈਟ ਮੀ ਸੀ ਕਿੱਦਾਂ ਦਾ ਆਇਆ, ਫਿਰ ਮੈਂ ਤੁਹਾਨੂੰ ਦਿਖਾਉਂਗੀ। ਓਕੇ ਓਕੇ ਗਾਇਸ, ਟਿਲ ਦੈਨ ਯੂ ਹੈਵ ਟੂ ਵੇਟ। ਸ਼ੂ ਔਡਰ ਕੀਤੇ ਸੀ, ਲੈਟ ਮੀ ਚੈੱਕ ਕਿੱਦਾਂ ਦੇ ਆਏ ਹੈ। ਲੱਗਦੇ ਤਾਂ ਸੋਹਣੇ ਹੈ, ਪ੍ਰਾਈਜ਼ ਵੀ ਬਹੁਤ ਚੀਪ ਸੀਗਾ। ਵੇਟ, ਸੋ ਗਾਇਸ ਇਹਦੀ ਲੁੱਕ ਆਈ, ਮਤਲਬ ਨੋਟ ਸੋ ਗੁੱਡ, ਮੈਂ ਇੱਦਾਂ ਨਹੀਂ ਕਹਿ ਸਕਦੀ ਕਿ ਬਹੁਤ ਸੋਹਣਾ ਆਇਆ ਆ, ਬਟ ਨੋਟ ਬੈਡ। ਪ੍ਰਾਈਜ਼ ਅਕੋਰਡਿੰਗ ਤਾਂ ਬਹੁਤ ਮਸਤ ਹੈ, ਮਤਲਬ ਪ੍ਰਾਈਜ਼ ਬਹੁਤ ਘੱਟ ਹੈ, ਪਰ ਉੱਦਾਂ ਸੋਹਣਾ ਆ। ਚਲੋ ਮੇਰੇ ਕੰਮ 'ਤੇ ਪੈ ਜਾਣਾ, ਦੋ ਤਿੰਨ ਵਾਰੀ ਪੈ ਗਿਆ ਤਾਂ ਨਹੀਂ ਟੁੱਟਿਆ, ਬਟ ਸਮਾਰਟ ਲੱਗਦਾ ਉੱਦਾਂ। ਤੁਹਾਨੂੰ ਕਿੱਦਾਂ ਲੱਗਦਾ ਕਮੈਂਟ ਸੈਕਸ਼ਨ ਜ਼ਰੂਰ ਦੱਸਿਓ। ਅਗਰ ਤੁਸੀਂ ਮੈਨੂੰ ਕਮੈਂਟ ਸੈਕਸ਼ਨ 'ਚ ਦੱਸਿਆ ਕਿ ਕਿੱਦਾਂ ਦਾ ਲੱਗਦਾ ਹੈ, ਤਾਂ ਦੈਨ ਫਿਰ ਮੈਂ ਤੁਹਾਨੂੰ ਪ੍ਰਾਈਜ਼ ਵੀ ਦੱਸੂੰਗੀ। ਪ੍ਰਾਈਜ਼ ਦੇਖ ਕੇ ਤੁਸੀਂ ਸ਼ੌਕ ਹੋ ਜਾਓਗੇ, ਸ਼ੌਕ ਚੌਕ, ਬਹੁਤ ਜ਼ਿਆਦਾ ਸ਼ੌਕ ਹੋ ਜਾਓਗੇ। ਔਰ ਮਤਲਬ ਬਹੁਤ ਰੀਜ਼ਨੇਬਲ ਪ੍ਰਾਈਜ਼ 'ਚ ਮਿਲਿਆ, ਰੀਜ਼ਨੇਬਲ ਬਹੁਤ ਚੀਪ ਪ੍ਰਾਈਜ਼ 'ਚ ਮਿਲਿਆ। ਸੋ ਫਿਰ ਮੈਂ ਤੁਹਾਨੂੰ ਸਾਰਾ ਕੁਛ ਦੱਸੂੰਗੀ ਕਿ ਕਿੱਥੋਂ ਲਿਆ। ਹੋਰ ਵੀ ਕਲਰਸ ਆਪਸ਼ਨ ਸੀ, ਬਟ ਐਜ਼ ਯੂਜੂਅਲ ਮੈਨੂੰ ਵਾਈਟ ਪਸੰਦ ਆਉਂਦਾ, ਤਾਂ ਮੈਂ ਵਾਈਟ ਲੈ ਲਿਆ, ਬਟ ਸਮਾਰਟ ਲੱਗਦਾ। ਹੁਣ ਮੈਂ ਦੋ ਘੜੀਆਂ ਨਾ, ਮੈਂ ਉਹਨੂੰ ਹੀ ਦੇਖੀ ਜਾਣਾ। ਲਾਲੀ ਹੈ ਨਹੀਂ ਘਰ, ਲਾਲੀ ਗਏ ਕੰਮ 'ਤੇ, ਸੋ ਲਾਲੀ ਆਊਗੇ ਫਿਰ ਲਾਲੀ ਨੂੰ ਵੀ ਦਿਖਾਊਂਗੀ। ਔਰ ਲਾਲੀ ਕਹਿੰਦਾ ਹਾਂ ਮੰਗਾਈ, ਚੱਲ ਮੰਗਾਈ, ਚੱਲ ਮੌਜਾਂ ਆ ਤੇਰੀਆਂ ਤਾਂ। ਤੋ ਕਿਉਂਕਿ ਇੱਕ ਵਾਰੀ ਲਾਲੀ ਨੇ ਮੇਰਾ ਦੇਖੀ, ਲਾਲੀ ਕਹਿੰਦੀ ਮੈਂ ਵੀ ਔਡਰ ਕਰਦਾ, ਪਰ ਲਾਲੀ ਦਾ ਵਧੀਆ ਨਹੀਂ ਆਇਆ ਸੀ, ਸੋ ਮੇਰਾ ਵਧੀਆ ਆ ਗਿਆ। ਸੋ ਹੋਰ ਅੱਜ ਮੈਂ ਕਨਫਿਊਜ਼ ਸੀਗੀ ਕਿ ਬਣਾਵਾਂ ਕੀ, ਕਿਉਂਕਿ ਇੱਕ ਮੇਰਾ ਮਨ, ਅੱਜ ਮੇਰਾ ਮਨ ਕਰਦਾ ਸੀ ਥੋੜ੍ਹਾ ਕੁਛ, ਪਹਿਲੇ ਇੱਕ ਮੇਰਾ ਮਨ ਕਰਦਾ ਸੀ ਵਾਈਟ ਚਨੇ ਬਣਾਵਾਂ, ਪਰ ਵਾਈਟ ਚਨੇ ਇੱਦਾਂ ਹੈ ਕਿ ਮੈਂ ਪੇਕੇ ਨਹੀਂ ਗਈ ਸੀ, ਅਗਰ ਉਹ ਭਿਗੋਏ ਨਹੀਂ ਹੁੰਦੇ ਤਾਂ ਵਧੀਆ ਨਹੀਂ ਬਣਦੇ ਆ। ਸੋ ਫਿਰ ਮੈਂ ਸੋਚਦੀ ਹਾਂ ਕਿ ਅੱਜ ਸ਼ੋਰਟਕੱਟ ਮਾਰ ਲਿੱਤਾ ਜਾਏ, ਸੋ ਮੈਂ ਅੱਜ ਕਰੂੰਗੀ ਮੱਕੀ ਦੀ ਰੋਟੀ ਬਣਾਊਂਗੀ। ਅਫਕੋਰਸ ਮੱਕੀ ਰੋਟੀ ਸ਼ੋਰਟਕੱਟ ਨਹੀਂ ਹੈ, ਬਟ ਉਹਦੇ ਨਾਲ ਜਿਹੜਾ ਬਣਾਊਂਗੀ ਦਹੀਂ ਤੜਕੇ ਵਾਲਾ, ਉਹ ਸ਼ੋਰਟਕੱਟ ਹੋ ਜਾਣਾ। ਸੋ ਕਿਚਨ ਤੱਕ ਪਹੁੰਚਦੇ ਪਹੁੰਚਦੇ ਮੇਰੇ 20 ਖਿਆਲਾਤ ਬਦਲਦੇ ਆ, ਮਤਲਬ 20 ਚੀਜ਼ਾਂ ਮੈਂ ਆਹ ਬਣਾਉਣੀ ਉਹ ਬਣਾਉਣੀ, ਉੱਥੇ ਪਹੁੰਚਦੇ ਕੁਛ ਹੋਰ ਹੀ ਬਣ ਕੇ ਆ ਜਾਂਦਾ, ਸੋ ਇੱਦਾਂ ਚੱਲਦਾ ਹੈ। ਔਰ ਬਸ ਮੰਮੀ ਦੀ ਵੀ ਵੇਟ ਕਰਦੇ ਹਾਂ, ਮੰਮੀ ਆ ਜਾਣ ਛੇਤੀ ਛੇਤੀ। ਕਿਚਨ ਤੋਂ ਨਹੀਂ ਯਾਦ ਆਇਆ ਮੰਮਾ, ਇਹ ਮੈਨੂੰ ਸੱਚੀ ਯਾਦ ਆਇਆ, ਕਿਉਂਕਿ ਯੂ ਨੋ ਆਈ ਮਿਸ ਯੂ ਸੋ ਮੱਚ। ਔਰ ਬਸ ਹੁਣ ਕਈ ਵਾਰੀ ਇੱਦਾਂ ਹੁੰਦਾ ਨਾ ਕਿ ਕੁਛ ਕੁਛ ਇੱਦਾਂ ਮੰਮਾ ਦੇ ਹੱਥ ਦਾ ਖਾਣ ਦਾ ਜੀ ਕਰਦਾ, ਮੇਰਾ ਕੜੀ ਬਹੁਤ ਖਾਣ ਦਾ ਜੀ ਕਰਦਾ, ਉਹ ਮੰਮੀ ਦੇ ਹੱਥ ਦੀ, ਉਦੋਂ ਮੈਂ ਖਾਧੀ ਹੋਰ ਬਹੁਤ, ਮਤਲਬ ਅਲੱਗ ਅਲੱਗ ਵਰਾਇਟੀ ਵਾਲੀ ਖਾਧੀਆਂ, ਪਰ ਮੰਮੀ ਦੇ ਹੱਥ ਵਾਲੀ ਮਾਈ ਰੀਅਲੀ ਮਿਸ। ਮੰਮੀ ਨੂੰ ਮੈਂ ਕਹਿ ਵੀ ਚੁੱਕੀ ਹਾਂ, ਤੋ ਬਸ ਛੇਤੀ ਛੇਤੀ ਆ ਜਾਓ, ਉੱਤਰ ਰਹੀ ਬਸ ਕੜੀ ਮੋਰੇ
ਉਹ ਮੈਨੂੰ ਕਹਿੰਦਾ ਰੈਸਟ ਕਰਕੇ ਕੜੀ ਬਣਾ ਦਿਉ, ਸਮਾਨ ਮੈਂ ਸਾਰਾ ਰੈਡੀ ਰੱਖੂੰਗੀ, ਅਜੇ ਤੱਕ ਮੇਰੀ ਆਪ ਪਲੈਨਿੰਗ ਚੱਲ ਰਹੀ ਹੈ। ਸੋ ਬਸ ਹੁਣ ਮੈਂ ਕੀ ਕਰਨਾ, ਕੁਛ ਬੈਠੀ ਸੀ, ਮੈਂ ਕਿਹਾ ਚਲੋ ਤੁਹਾਡੇ ਨਾਲ ਥੋੜ੍ਹੀ ਬਹੁਤੀ ਗੱਲਾਂ ਬਾਤਾਂ ਕੀਤੀਆਂ ਜਾਏ, ਔਰ ਬਸ ਮਸੀਂ ਕੰਮ ਨਿਬੜਿਆ ਗਾਏ, ਹਜੇ ਇੱਕ ਇੱਕ ਖਲਾਰਾ ਮੁੱਕਦਾ ਨਹੀਂ, ਹੋਰ ਪੈ ਜਾਂਦਾ। ਕੱਲ੍ਹ ਬਸ ਉੱਥੋਂ ਡਨ ਹੋਏ ਹਾਂ ਤਾਂ ਮੋਟਰ ਖਰਾਬ ਹੋ ਗਈ, ਬਸ ਕੁਛ ਨਾ ਕੁਛ ਕੁਛ ਨਾ ਕੁਛ ਚੱਲਦਾ ਰਹਿੰਦਾ, ਤੋ ਬਟ ਇੱਦਾਂ ਹੁੰਦਾ, ਚਲੋ ਜ਼ਿੰਦਗੀ ਹੈ, ਕਈ ਚੀਜ਼ਾਂ ਸਹੀ ਹੋਣੀਆਂ, ਕਈ ਗਲਤ ਹੋਣੀਆਂ, ਫਿਰ ਸਹੀ ਕਰਨੀਆਂ ਪੈਣੀਆਂ, ਕੁਛ ਹੋਰ ਗਲਤ ਹੋ ਜਾਣੀਆਂ, ਤੋ ਬਸ ਜ਼ਿੰਦਗੀ, ਜ਼ਿੰਦਗੀ ਜੀਣੇ ਕਾ ਨਾਮ ਹੈ। ਸੋ ਗਾਇਜ਼, ਹਜੇ ਤੱਕ ਤੁਸੀਂ ਅਰਦਾਸ ਮੂਵੀ ਦੇਖ ਕੇ ਆਏ ਕਿ ਨਹੀਂ, ਨਹੀਂ ਦੇਖੇ ਤਾਂ ਪਲੀਜ਼ ਪਲੀਜ਼ ਦੇਖ ਕੇ ਆਇਓ, ਔਰ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਮੈਂ ਕਿਉਂ ਇੰਨਾ ਰਿਕਮੈਂਡ ਕਰਦੀ ਪਈ ਹਾਂ, ਕਿਉਂਕਿ ਇੰਨੀ ਵਧੀਆ ਮੂਵੀ ਹੈ। ਮੋਟੀਵੇਸ਼ਨਲ ਮੂਵੀਜ਼ ਬਹੁਤ ਘੱਟ ਬਣਦੀਆਂ, ਮਤਲਬ ਹੁਣ ਤਾਂ ਆਪਣਾ ਸਿਨੇਮਾ ਪਤਾ ਨਹੀਂ ਕਿੱਧਰ ਨੂੰ ਤੁਰਿਆ, ਬਟ ਉਹ ਅਰਦਾਸ ਮੂਵੀ ਦੇਖ ਕੇ ਕਿ ਇੱਦਾਂ ਹੋਇਆ ਕਿ ਇੱਦਾਂ ਦੀ ਮੂਵੀਜ਼ ਜ਼ਰੂਰ ਬਣਨੀਆਂ ਚਾਹੀਦੀਆਂ। ਬਹੁਤ ਕੁਛ ਆਪਣੀ ਗਲਤੀਆਂ ਦਾ ਅਹਿਸਾਸ ਹੋ ਜਾਂਦਾ ਕਿ ਆਪਾਂ ਕੀ ਕੀ ਗਲਤੀਆਂ ਕੀਤੀਆਂ ਲਾਈਫ 'ਚ, ਕਿੱਦਾਂ ਆਪਾਂ ਬੋਲਦੇ ਹਾਂ, ਬਹੁਤ ਰਹਿਣਾ ਆ ਜਾਂਦਾ। ਮਤਲਬ ਮੈਂ ਤਾਂ ਬਹੁਤ ਕੁਛ ਸਿੱਖਿਆ, ਤੋ ਤੁਸੀਂ ਵੀ ਸਿੱਖੋ ਜਲਦੀ ਜਲਦੀ, ਤੁਸੀਂ ਸਿੱਖੋ ਔਰ ਮੂਵੀ ਦੇਖੋ ਔਰ ਆਪਣੇ ਬੱਚਿਆਂ ਨੂੰ ਸਿਖਾਓ। ਵੈਲਿਊਜ਼ ਆਫ ਕੋਰਸ ਆਪਾਂ ਘਰ ਵੀ ਦੇ ਸਕਦੇ ਹਾਂ ਬੱਚਿਆਂ ਨੂੰ, ਬਟ ਸਟਿਲ ਕਈ ਵਾਰੀ ਹੁੰਦਾ ਨਾ ਕਿ ਆਪ ਵਿਜੂਅਲੀ ਦੇਖ ਲਈ ਉਹ ਚੀਜ਼ ਆਪਾਂ ਨਹੀਂ ਕਹਿਣਾ ਚਾਹੀਏ, ਤਾਂ ਪਰ ਫਿਰ ਵੀ ਅਸੀਂ ਨੋਟ ਕਰਕੇ ਉਹ ਸਾਰਾ ਕੁਛ ਬਹੁਤ ਵਧੀਆ ਫਰਮਾਇਆ ਗਿਆ। ਸੋ ਗਾਇਸ, ਪਤਾ ਨਹੀਂ ਮੈਂ ਕੀ ਕਹਿ ਗਈ, ਤੁਸੀਂ ਸਮਝ ਜਾਇਓ ਪਲੀਜ਼। ਲਾਲੀ ਹੁੰਦੇ ਲਾਲੀ ਕਹਿਣਾ, ਤੈਨੂੰ ਆਪ ਨਹੀਂ ਪਤਾ ਹੁੰਦਾ ਤੂੰ ਕੀ ਬੋਲੀ ਜਾਂਦੀ ਹੈ, ਤੋ ਬਸ ਹੁਣ ਬਸ ਅਜੇ ਤੱਕ ਇੰਨਾ ਹੀ, ਫਿਰ ਲਾਲੀ ਆਊਗੇ ਤਾਂ ਫਿਰ ਮੈਂ ਤੁਹਾਨੂੰ ਨਾਲ ਨਾ ਮਿਲਾਊਂਗੀ, ਫਿਲਹਾਲ ਤਾਂ ਬੈਠੀ ਹੋਈ ਹਾਂ ਸ਼ੂ ਪਾ ਕੇ, ਇੱਕ ਪੈਰ 'ਚ ਸ਼ੂ ਪਾਇਆ ਇੱਕ 'ਚ ਨਹੀਂ, ਹੁਣ ਖੋਲ੍ਹਾਂ ਉਹਨੂੰ ਰੱਖਾਂ ਦੈਨ। ਔਰ ਗਾਇਜ਼, ਇੱਕ ਇੰਪੋਰਟੈਂਟ ਚੀਜ਼ ਕਿ ਜਦੋਂ ਵੀ ਸਾਨੂੰ ਕੋਈ ਕੋਰੀਅਰ ਆਉਂਦਾ ਹੈ, ਅਸੀਂ ਜਿਹੜੇ ਡੱਬੇ ਹੁੰਦੇ ਉਹਨੂੰ ਡਿਸਕਾਰਡ ਕਰ ਦਿੰਦੇ ਹਾਂ, ਮਤਲਬ ਡਸਟਬਿਨ 'ਚ ਸੁੱਟ ਦਿੰਦੇ ਹਾਂ, ਰਾਈਟ, ਇੱਦਾਂ ਕਰਕੇ, ਇੱਦਾਂ ਕਰਕੇ ਕੀ ਬੋਲ ਜਾਏ, ਡਸਟਬਿਨ 'ਚ ਸੁੱਟ ਦਿੰਦੇ ਹਾਂ ਆਪਾਂ ਉਹਨੂੰ, ਕਿਚੜ ਮਿਚੜ ਕਰਕੇ, ਸਮਝ ਜਾਓ। ਤੋ ਬਟ ਉਹਦੇ 'ਚ ਆਪਣਾ ਇੰਨੀ ਇੰਪੋਰਟੈਂਟ ਚੀਜ਼ ਹੁੰਦੀ ਹੈ, ਉਹ 'ਚ ਆਪਣਾ ਐਡਰੈਸ ਲਿਖਿਆ ਹੁੰਦਾ, ਤੋ ਪਲੀਜ਼ ਉਹਨੂੰ ਲਾ ਕੇ ਫਾੜ ਕੇ ਜਾਂ ਉਹਨੂੰ ਕਿਸੇ ਵੀ ਤਰ੍ਹਾਂ ਨਾਲ ਬਿਲਕੁਲ ਖਰਾਬ ਕਰਕੇ ਫਿਰ ਉਹਨੂੰ ਡਿਸਪੋਜ਼ ਕਰਿਆ ਕਰੋ, ਕਿਉਂਕਿ ਐਡਰੈਸ ਹੈ, ਐਡਰੈਸ ਕਿਤੇ ਵੀ ਜਾ ਸਕਦਾ। ਸੋ ਬੀ ਕੇਅਰਫੁਲ ਗਾਇਸ, ਕੋਈ ਅੱਜ ਕੱਲ੍ਹ ਉਹਦਾ ਵੀ ਸਕੈਮ ਇੰਨੇ ਸਾਰੇ ਹੋ ਰਹੇ ਹੈ, ਮਤਲਬ ਫੋਨ ਕਾਲਸ ਥਰੂ ਇੰਨਾ, ਸੋ ਜਿੰਨਾ ਬਚ ਸਕਦੇ ਉਹਨਾਂ ਬਚੋ। ਸੋ ਬਾਕੀ ਤਾਂ ਚਲੋ ਰੱਬ ਦੀ ਜੋ ਮਰਜ਼ੀ, ਜੋ ਜਦੋਂ ਹੋਣਾ ਉੱਦਾਂ ਹੀ ਹੋਣਾ। ਚਲੋ ਆਪਾਂ ਇੱਕ ਦੂਜੇ ਨੂੰ ਅਗਰ ਕੁਛ ਵਧੀਆ ਆਉਂਦਾ ਹੈ ਯਾਰ ਤਾਂ ਜ਼ਰੂਰ ਸ਼ੇਅਰ ਕਰਨਾ ਚਾਹੀਦਾ ਮੇਰੇ ਹਿਸਾਬ ਨਾਲ, ਔਰ ਅਗਰ ਕੋਈ ਆਪਣੇ ਆਪਣੇ ਨੂੰ ਕੋਈ ਬਹੁਤ ਵਧੀਆ ਕੋਈ ਦਿੰਦਾ ਹੈ ਲੈਸਨ, ਤਾਂ ਉਹ ਵੀ ਜ਼ਰੂਰ ਸਮਝਣਾ ਚਾਹੀਦਾ। ਸੋ ਬਸ ਹਜੇ ਤੱਕ ਇੰਨਾ ਹੀ ਮਿਲਦੇ ਹਾਂ ਤੁਹਾਨੂੰ, ਫਿਰ ਥੋੜ੍ਹੇ ਟਾਈਮ ਬਾਅਦ, ਹੁਣ ਮੇਰੀ ਗੱਲਾਂ ਖਤਮ ਹੋ ਗਈਆਂ ਅੱਜ ਤੱਕ। ਵੈਲਕਮ ਬੈਕ, ਹੋ ਗਈ ਹੈ ਸ਼ਾਮ, ਔਰ ਲਾਲੀ ਨੇ ਮੈਨੂੰ ਲੱਗਦਾ ਮੈਨੂੰ ਤੁਸੀਂ ਮੈਨੂੰ ਪਤਲੇ ਨਹੀਂ ਹੁੰਦੇ, ਨਹੀਂ ਹੁੰਦੇ ਨਾ ਆਪ ਹੋਣਾ ਨਾ ਮੈਨੂੰ ਹੁੰਦੇ, ਇਹੀ ਚੱਲਣਾ। ਕੁਲਚੇ ਆ ਗਏ ਗਾਇਸ, ਹੁਣ ਸਾਹਮਣੇ ਆ ਤਾਂ ਮੈਂ ਖਾ ਲੂੰ, ਮੈਂ ਖਾਣੇ ਨਹੀਂ ਪਰ ਕਿਉਂਕਿ ਹਜੇ ਹਜੇ ਮੈਂ ਠੀਕ ਹੋਈ ਹਾਂ ਨਾ। ਮੰਮੀ ਨੇ ਦੇਖ ਲਈ ਨਾ ਵੀਡੀਓ, ਮੰਮੀ ਨੇ ਕਹਿਣਾ ਸ਼ੁਰੂ ਹੋ ਗਈ ਖਾਣ, ਬਾਹਰ ਲਾ ਬਹੁਤ ਦੇਰ ਬਾਅਦ, ਅੱਜ ਪਹਿਲੀ ਵਾਰ ਤਾਂ ਖਾਣ ਲੱਗੇ। ਜੀ ਮਿੱਤਰੋ, ਕੀ ਹਾਲ ਚਾਲ ਆ ਜੀ। ਸੋ ਤੇਰੀ ਬੈਲਟ ਬੋਲੀ ਜਾਂਦੀ ਕਾਕੇ, ਬੈਲਟ ਲਾਈ ਨਹੀਂ ਤੂੰ, ਇੱਦਾਂ ਥੋੜ੍ਹੀ ਬੰਦ ਹੋਣੀ ਆ। ਸੋ ਮੈਂ ਆਰਵ ਨੂੰ ਲੈ ਕੇ ਆਇਆ ਜੀ ਟਿਊਸ਼ਨ ਤੋਂ ਹੁਣ। ਆਰਵ ਕਿੱਦਾਂ ਫੇ, ਪੇਪਰ ਚੱਲਦੇ ਵਧੀਆ? ਕਿੱਦਾਂ ਦੇ ਚੱਲਦੇ ਪੇਪਰ? ਪੇਪਰ ਵਧੀਆ ਚੱਲਦੇ ਆ। ਸੋ
ਔਰ ਕਰ ਰਿਹਾ ਇੰਜੋਏ ਪੜ੍ਹਾਈ ਆਪਣੀ। ਸੋ ਅਸੀਂ ਕੰਮਾਂ ਕਾਰਾਂ ਦੇ ਲੱਗੇ ਹਾਂ ਭਾਈ ਇੱਧਰ ਦੇਖੋ ਇਸ ਕੀ, ਹੁਣ ਆਪਾਂ ਜਾਵਾਂਗੇ ਘਰ ਨੂੰ ਭਾਈ ਇੱਧਰ ਦੇਖੋ। ਸੋ ਗਾਇਜ਼ ਹੁਣ ਜਾਣੇ ਸ਼ੋਪਿੰਗ ਕਰਨ, ਕੀ ਸ਼ੋਪ ਕਰਨ, ਵੇਟ ਤੁਹਾਨੂੰ ਦਿਖਾਉਣੇ। ਮੈਂ ਤੁਹਾਨੂੰ ਕਿਹਾ ਸੀਗਾ ਕਿ ਮੱਕੀ ਦੀਆਂ ਰੋਟੀਆਂ ਅਤੇ ਪਲੱਸ ਦਹੀਂ ਨੂੰ ਤੜਕਾ ਲਾਵਾਂਗੇ, ਲੇਕਿਨ ਉਹ ਵੀ ਮੇਰੇ ਕੈਂਸਲ, ਉਹ ਤੋਂ ਵੀ ਸ਼ੋਰਟਕੱਟ ਆ ਗਿਆ। ਹੁਣ ਅਸੀਂ ਖਾਵਾਂਗੇ ਬਹੁਤ ਪੁਰਾਣੀ ਇੱਕ ਚੀਜ਼, ਮੱਕੀ ਦੀ ਰੋਟੀ ਪਲੱਸ ਦਹੀਂ 'ਚ ਨਮਕ ਅਤੇ ਮਿਰਚ ਕੁੱਟ ਕੇ ਹਰੀ, ਉਹ ਵੀ ਬਹੁਤ ਸਵਾਦ ਲੱਗਦੀ ਹੈ। ਉਹਦਾ ਬੀਨਸ ਪਈਆਂ ਪਰ ਜਿਹਨੂੰ ਲੈਣੀਆਂ ਹੋ ਗਈਆਂ ਨਾਲ। ਮੱਕੀ ਦਾ ਆਟਾ ਹੋ ਗਿਆ ਰੈਡੀ, ਸੁਬਹ ਜਾ ਦੇਖੋ ਅੱਜ ਦੀ ਆਰਵ ਦੀ ਕ੍ਰਾਫਟ ਵੀ ਦੇਖ ਲਓ। ਆਰਵ ਦਿਖਾਈ ਮੈਂ ਤਾਂ, ਵਾਹ ਇਹ ਕੀ ਬਣਾਇਆ, ਇਹਦਾ ਰੱਖ ਤਾਂ ਸਹੀ, ਮਧੂ ਮੱਖੀ ਤਾਂ ਉੱਡਦੀ ਬਹੁਤ ਇਹਦੇ ਨੀ। ਆਹ ਦੇਖੋ ਬਹੁਤ ਸਫਾਈ ਹੈ ਇਹਦੇ ਹੱਥ 'ਚ ਆਰਵ ਦੇ, ਹੈ ਨਾ, ਬਹੁਤ ਕਲੀਨ ਲਾਉਂਦਾ ਇਹ ਤਾਂ। ਮੇਰਾ ਪੁੱਤ ਆਰਟਿਸਟ ਬਣੂਗਾ, ਆਰਟਿਸਟ। ਪ੍ਰਿੰਸੀਪਲ ਸਰ ਨੇ ਕੀ ਕਿਹਾ, ਕੀ ਬਣੂਗਾ, ਆਰਟਿਸਟ। ਸੋ ਇਹਦੇ ਨਾਲ ਹੁਣ ਵਲੋਗ ਦਾ ਕਰਦੇ ਹਾਂ ਐਂਡ। ਅਗਰ ਤੁਹਾਨੂੰ ਵਲੋਗ ਵਧੀਆ ਲੱਗਾ ਹੋਗਾ, ਪਲੀਜ਼ ਵਧੀਆ ਲੱਗਾ ਹੋਗਾ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਔਰ ਪਿਆਰਾ ਜਿਹਾ ਕਮੈਂਟ ਵੀ। ਮਿਲਦੇ ਹਾਂ ਨੈਕਸਟ ਵਲੋਗ 'ਚ।